ਸਾਰੇ ਵਿਦਿਆਰਥੀਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਜੀ ਸਾਇੰਸ ਦੀ ਕਲਾਸ 'ਚ। ਹੁਣ ਮੈਂ ਤੁਹਾਡੇ ਨਾਲ ਡਿਸਕਸ ਕਰਨ ਲੱਗਿਆ ਜਿਹੜੀਆਂ ਆਪਾਂ ਗੋਲਾਕਾਰ ਦਰਪਣਾਂ ਲਈ ਚਿੰਨ੍ਹ ਪਰੰਪਰਾਵਾਂ ਵਰਤਦੇ ਹਾਂ, ਅਤੇ ਇਹ ਤੁਹਾਡੀ ਸਾਇੰਸ ਦੀ ਬੁੱਕ ਦੇ ਪੇਜ ਨੰਬਰ 185 ਦੇ ਉੱਤੇ ਮੌਜੂਦ ਹੈ ਟੋਪਿਕ। ਇਹਦੇ ਵਿੱਚ ਆਪਾਂ ਇਹ ਦੇਖਣਾ ਵੀ ਕਿਹੜੀ ਦੂਰੀ ਕਿੱਧਰੋਂ ਲੈਣੀ ਹੈ ਕਿਸੇ ਗੋਲਾਕਾਰ ਦਰਪਣ ਦੇ ਵਿੱਚ, ਅਤੇ ਕਿੱਧਰ ਨੂੰ ਜਾਵਾਂਗੇ ਤਾਂ ਇਹ ਰਿਣਾਤਮਕ ਹੁੰਦੀ ਹੈ, ਕਿੱਧਰ ਨੂੰ ਜਾਵਾਂਗੇ ਤਾਂ ਇਹ ਧਨਾਤਮਕ ਹੁੰਦੀ ਹੈ। ਮੋਸਟਲੀ ਆਪਣੇ ਨਾਲ ਕੀ ਹੁੰਦਾ ਕਿ ਜਦੋਂ ਵੀ ਆਪਾਂ ਕੋਈ ਨਮੈਰੀਕਲ ਹੱਲ ਕਰਨ ਲੱਗਦੇ ਹਾਂ, ਕੋਈ ਸਵਾਲ ਹੱਲ ਕਰਨ ਲੱਗਦੇ ਹਾਂ, ਤਾਂ ਉਦੋਂ ਸਾਡੇ ਕੋਲ ਪ੍ਰੋਬਲਮ ਆਉਂਦੀ ਹੈ। ਤਾਂ ਇਹਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਜਿਵੇਂ ਇੱਕ ਗ੍ਰਾਫ ਹੁੰਦਾ, ਗ੍ਰਾਫ ਦੇ ਉੱਤੇ ਧੁਰੇ ਹੁੰਦੇ ਅਲੱਗ ਅਲੱਗ ਤਰ੍ਹਾਂ ਦੇ, ਜਿਵੇਂ ਐਕਸ ਧੁਰਾ ਹੋ ਗਿਆ ਅਤੇ ਵਾਈ ਧੁਰਾ ਹੋ ਗਿਆ। ਆਪਣੇ ਕੋਲ ਵਾਈ ਧੁਰਾ ਆ ਗਿਆ, ਆਪਣੇ ਕੋਲ ਐਕਸ ਧੁਰਾ ਆ ਗਿਆ। ਇਹਨਾਂ ਧੁਰਿਆਂ ਦੇ ਉੱਤੇ ਆਪਾਂ ਇੱਕ ਪਾਸੇ ਇੱਕ ਦਰਪਣ ਲੈ ਲਿਆ, ਕੋਈ ਵੀ ਦਰਪਣ ਲੈ ਸਕਦੇ ਹਾਂ, ਜਸਟ ਸਮਝਾਉਣ ਵਾਸਤੇ ਹੀ ਹੈ, ਠੀਕ ਹੈ। ਅਤੇ ਇਹ ਦਰਪਣ ਆਪਣੇ ਕੋਲ ਆ ਗਿਆ, ਅਵਤਲ ਦਰਪਣ ਹੈ। ਇਹਦੇ ਇੱਧਰ ਐਕਸ ਪਾਸੇ ਜਿਹੜਾ ਆਹ ਪਾਸਾ ਹੁੰਦਾ, ਉਹ ਆਪਾਂ ਵੈਸੇ ਵੀ ਰਿਣਾਤਮਕ ਹੀ ਲੈਂਦੇ ਹਾਂ, ਆਹ ਪਾਸਾ ਕੀ ਲੈਂਦੇ ਹਾਂ, ਧਨਾਤਮਕ ਲੈਂਦੇ ਹਾਂ। ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜਾ ਵਾਈ ਹੈ ਉਹ ਰਿਣਾਤਮਕ ਹੋ ਗਿਆ ਨੀਚੇ ਨੂੰ, ਉੱਪਰ ਵਾਲੇ ਪਾਸੇ ਰਿਣਾਤਮਕ ਤੋਂ ਇਹ ਧਨਾਤਮਕ ਵਾਲੇ ਪਾਸੇ ਆ ਜਾਂਦਾ। ਹੁਣ ਮੇਨ ਗੱਲ ਕੀ ਹੈ ਵੀ ਆਪਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਵਸਤੂ ਰੱਖਣੀ ਹੈ ਦਰਪਣ ਦੇ ਕਿਹੜੇ ਪਾਸੇ ਰੱਖੀ ਜਾਂਦੀ ਹੈ, ਸਭ ਤੋਂ ਮੇਨ ਗੱਲ ਤਾਂ ਇਹ ਹੈ ਵੀ ਜਿਹੜੀ ਵਸਤੂ ਆਊਗੀ ਉਹ ਹਮੇਸ਼ਾ ਕਿਹੜੇ ਪਾਸੇ ਆਊਗੀ, ਖੱਬੇ ਪਾਸੇ ਆਊਗੀ। ਤੁਸੀਂ ਜਿੰਨੀਆਂ ਵੀ ਡਾਇਗਰਾਮਸ ਹੁਣ ਤੱਕ ਪੜ੍ਹ ਚੁੱਕੇ ਹੋ ਉਹਦੇ ਵਿੱਚ ਦੇਖਿਆ ਵੀ ਜਿਹੜੀ ਵਸਤੂ ਸੀ ਉਹ ਕਿਹੜੇ ਪਾਸੇ ਸੀ, ਖੱਬੇ ਪਾਸੇ ਸੀ। ਇੱਧਰ ਕਦੇ ਵੀ ਵਸਤੂ ਨਹੀਂ ਰੱਖਣੀ, ਤੁਹਾਡਾ ਸਵਾਲ ਗਲਤ ਹੋ ਜਾਏਗਾ। ਤਾਂ ਵਸਤੂ ਹਮੇਸ਼ਾ ਦਰਪਣ ਦੇ ਖੱਬੇ ਪਾਸੇ ਰੱਖੀ ਜਾਂਦੀ ਹੈ, ਅਤੇ ਸਾਰੀਆਂ ਦੂਰੀਆਂ ਜਿਹੜੀਆਂ ਨੇ, ਯਾਨੀ ਕਿ ਜਿੰਨੇ ਵੀ ਡਿਸਟੈਂਸ ਨੇ, ਉਹ ਕਿੱਥੋਂ ਮਾਪੇ ਜਾਣਗੇ, ਉਹ ਮਾਪੇ ਜਾਣਗੇ ਤੁਹਾਡੇ ਮੁੱਖ ਧਰੁਵ ਤੋਂ, ਯਾਨੀ ਕਿ ਪੀ ਤੋਂ। ਆਹ ਜਿਹੜਾ ਮੇਨ ਧਰੁਵ ਹੈ, ਆਹ ਮੁੱਖ ਧੁਰਾ ਹੁੰਦਾ, ਅਤੇ ਪੀ ਜਿਹੜਾ ਹੈ ਬਿੰਦੂ, ਇਹ ਤੁਹਾਡਾ ਧਰੁਵ ਹੁੰਦਾ। ਇੱਥੋਂ ਸਾਰੀਆਂ ਦੂਰੀਆਂ ਮਾਪਾਂਗੇ ਆਪਾਂ। ਅਗਲੀ ਗੱਲ, ਜਿਹੜਾ ਪ੍ਰਕਾਸ਼ ਹੈ ਉਹ ਕਿਹੜੀ ਦਿਸ਼ਾ 'ਚ ਮੰਨਿਆ ਜਾਂਦਾ, ਪ੍ਰਕਾਸ਼ ਕਿੱਧਰੋਂ ਆ ਰਿਹਾ, ਯਾਨੀ ਕਿ ਕਿਰਨਾਂ ਦੀ ਡਾਇਰੈਕਸ਼ਨ, ਕਿਰਨਾਂ ਦੀ ਜਿਹੜੀ ਦਿਸ਼ਾ ਹੈ ਕਿਹੜੀ ਹੋਵੇਗੀ। ਕਿਰਨਾਂ ਹਮੇਸ਼ਾ ਖੱਬੇ ਪਾਸੇ ਤੋਂ ਆਉਣਗੀਆਂ ਅਤੇ ਸੱਜੇ ਪਾਸੇ ਜਾਣਗੀਆਂ। ਆਹ ਦੇਖੋ, ਤੁਹਾਨੂੰ ਸਾਫ ਸਾਫ ਕਲੀਅਰ ਹੈ ਦਰਪਣ ਵੱਲ ਆ ਰਹੇ ਪ੍ਰਕਾਸ਼ ਦੀ ਦਿਸ਼ਾ। ਇਹ ਤਾਂ ਸੀਗੀ ਦਿਸ਼ਾ ਦੀ ਗੱਲ। ਹੁਣ ਜਦੋਂ ਮੰਨ ਲਓ ਤੁਹਾਨੂੰ ਕਿਸੇ, ਮੰਨ ਲਓ ਕਿਸੇ ਨੇ ਦੱਸਤਾ ਕਿ ਇੱਥੇ ਵਸਤੂ ਪਈ ਹੈ ਕੋਈ ਆਪਣੇ ਕੋਲ, ਆਹ ਵਸਤੂ ਹੈ, ਆ ਗਿਆ ਏ ਬਿੰਦੂ, ਆ ਗਿਆ ਬੀ ਬਿੰਦੂ। ਹੁਣ ਇਹ ਵਸਤੂ ਹੈ ਜਿਹੜੀ, ਇਹਦੇ ਅਤੇ ਪੀ ਤੋਂ ਦੂਰੀ ਜਿਹੜੀ ਹੈਗੀ ਹੈ, ਮੰਨ ਲਓ ਇਹ ਆਪਣੇ ਕੋਲ ਹੋਵੇ 5 ਸੈਂਟੀਮੀਟਰ, ਤਾਂ ਇਹ ਹਮੇਸ਼ਾ ਕੀ ਹੋਊਗੀ, -5 ਸੈਂਟੀਮੀਟਰ, ਕਿਉਂਕਿ ਪੀ ਤੋਂ ਦੂਰੀ ਇੱਧਰ ਵਾਲੇ ਪਾਸੇ ਜਾ ਰਹੀ ਹੈ। ਜਦੋਂ ਵੀ ਆਪਾਂ ਖੱਬੇ ਪਾਸੇ ਜਾਵਾਂਗੇ ਮੇਨ ਧਰੁਵ ਤੋਂ, ਤਾਂ ਉਦੋਂ ਜਿੰਨੀਆਂ ਵੀ ਦੂਰੀਆਂ ਲਵਾਂਗੇ ਉਹਨਾਂ ਦੇ ਮੂਹਰੇ ਮਾਈਨਸ ਦਾ ਨਿਸ਼ਾਨ, ਯਾਨੀ ਕਿ ਰਿਣਾਤਮਕ ਅਸੀਂ ਸ਼ੋ ਕਰਨਾ ਹੀ ਕਰਨਾ ਆ। ਅਤੇ ਜਿੰਨੀਆਂ ਵੀ ਦੂਰੀਆਂ ਇਹਦੇ ਇੱਧਰਲੇ ਪਾਸੇ ਹੋਣਗੀਆਂ ਪੀ ਤੋਂ ਸੱਜੇ ਪਾਸੇ ਨੂੰ, ਉਹ ਸਾਰੀਆਂ ਆਪਾਂ ਕੀ ਲਵਾਂਗੇ, ਧਨਾਤਮਕ। ਅਗਲੀ ਗੱਲ, ਜਿਵੇਂ ਹੁਣ ਮੰਨ ਲਓ ਆਪਣੇ ਕੋਲ ਬਣਦਾ ਪ੍ਰਤੀਬਿੰਬ, ਜੇ ਪ੍ਰਤੀਬਿੰਬ ਨੀਚੇ ਨੂੰ ਬਣ ਰਿਹਾ, ਯਾਨੀ ਕਿ ਇੱਦਾਂ, ਤਾਂ ਪ੍ਰਤੀਬਿੰਬ ਦੀ ਹਾਈਟ ਮੰਨ ਲਓ 1 ਸੈਂਟੀਮੀਟਰ ਸੀਗੀ, ਤਾਂ ਉਹ -1 ਲਈ ਜਾਊਗੀ। ਜੇ ਉੱਪਰਲੇ ਪਾਸੇ ਬਣਦਾ, ਕਈ ਕੇਸਿਸ ਦੇ ਵਿੱਚ ਉੱਪਰਲੇ ਪਾਸੇ ਬਣਦਾ, ਪਿੱਛੇ ਬਣਦਾ ਜਾਂ ਕਿਤੇ ਵੀ ਬਣਦਾ, ਜੇ ਉੱਪਰ ਨੂੰ ਬਣਦਾ ਤਾਂ ਉਹ ਸਿੱਧੀ ਧਨਾਤਮਕ ਹੋਵੇਗੀ, ਯਾਨੀ ਕਿ +1 ਜਾਂ ਇਕੱਲਾ 1 ਵੀ ਤੁਸੀਂ ਪਾ ਸਕਦੇ ਹੋ, ਠੀਕ ਹੈ। ਤਾਂ ਜਿਹੜੀਆਂ ਲੰਬਾਈਆਂ ਹੇਠਾਂ ਵੱਲ ਨੂੰ ਹੁੰਦੀਆਂ ਉਹ ਹਮੇਸ਼ਾ ਨੈਗੇਟਿਵ ਹੁੰਦੀਆਂ ਨੇ, ਜਿਹੜੀਆਂ ਵੀ ਲੰਬਾਈਆਂ ਉੱਪਰ ਵੱਲ ਨੂੰ ਹੋਣਗੀਆਂ ਉਹ ਹਮੇਸ਼ਾ ਧਨਾਤਮਕ ਹੋਣਗੀਆਂ। ਸੱਜੇ ਪਾਸੇ ਵਾਲੇ ਪਾਸੇ ਧਨਾਤਮਕ, ਖੱਬੇ ਪਾਸੇ ਜਾਵਾਂਗੇ ਜਦੋਂ ਪੀ ਤੋਂ ਤਾਂ ਉਦੋਂ ਰਿਣਾਤਮਕ ਹੋਵੇਗੀ। ਤੁਸੀਂ ਇਹ ਦੇਖਣਾ ਆ ਵੀ ਜਿਹੜਾ ਦਰਪਣ ਹੈ ਉਹ ਕਿਹੜਾ ਆ। ਜਿਵੇਂ ਹੁਣ ਅਵਤਲ ਦਰਪਣ ਆ ਗਿਆ, ਅਵਤਲ ਦਰਪਣ ਦੇ ਵਿੱਚ ਜਿਹੜਾ ਮੁੱਖ ਤੌਰ 'ਤੇ ਪ੍ਰਤੀਬਿੰਬ ਬਣ ਰਿਹਾ ਉਹ ਅੱਗੇ ਬਣ ਰਿਹਾ ਕਿ ਪਿੱਛੇ ਬਣ ਰਿਹਾ। ਜੇ ਅੱਗੇ ਬਣ ਰਿਹਾ ਦਰਪਣ ਤੋਂ, ਇਹਦਾ ਮਤਲਬ ਇਹੀ ਹੈ ਵੀ ਉਹ ਕੀ ਹੋ ਗਿਆ, ਰਿਣਾਤਮਕ। ਤਾਂ ਉਦੋਂ ਜਿਹੜੀ ਤੁਹਾਡੀ ਅਲੱਗ ਅਲੱਗ ਵੈਲਿਊ ਦਿੱਤੀ ਹੋਊਗੀ ਜਾਂ ਜਿੰਨੇ ਸੈਂਟੀਮੀਟਰ ਦੀ ਦਿੱਤੀ ਹੋਊਗੀ ਉਹਨੂੰ ਕੀ ਲਵਾਂਗੇ ਆਪਾਂ, ਮਾਈਨਸ 'ਚ ਲਵਾਂਗੇ। ਜਦੋਂ ਪਿੱਛੇ ਦਿੱਤਾ ਹੋਊਗਾ ਤਾਂ ਉਹ ਕੀ 'ਚ ਲਾਓਗੇ, ਤੁਸੀਂ ਪਲੱਸ 'ਚ ਲਾਓਗੇ। ਅੱਗੇ ਇਹਦੇ ਨਾਲ ਰਿਲੇਟਡ ਆਪਾਂ ਨੂਮੈਰੀਕਲ ਵੀ ਡਿਸਕਸ ਕਰਾਂਗੇ ਕਿਹੜਾ, ਇੱਕ ਵਾਰੀ ਇਹ ਸਾਰਾ ਤੁਸੀਂ ਯਾਦ ਕਰੋ। ਧੰਨਵਾਦ।